ਪਟਿਆਲਾ ਚ ਪੁਲਿਸ ਤੇ ਪੀਆਰਟੀਸੀ ਦੇ ਬੱਸ ਕੰਡਕਟਰ ਅਮੋ ਸਾਹਮਣੇ ਹੋ ਗਏ ਤੇ ਦੋ ਚਣਿਆਂ ਦੀ ਦਸਤਾਰਾਂ ਤੱਕ ਵੀ ਲੈ ਗਈਆਂ। ਦੋ ਸਰਕਾਰੀ ਮਹਿਕਮੇ ਤੇ ਦੋਨਾਂ ਨੇ ਪਾਈ ਇਹ ਖਾਕੀ ਵਰਦੀ, ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਤੇ ਦੂਜਾ ਪੈਪਸੂ ਰੋਡਵੇਜ ਦਾ ਮੁਲਾਜ਼ਮ, ਦੋਨੋਂ ਹੀ ਹੋ ਗਏ ਅਮੋ ਸਾਹਮਣੇ। ਮਾਮਲਾ ਦੇਰ ਰਾਤ ਦਾ ਹੈ। ਪੀਆਰਟੀਸੀ ਦੇ ਕਰਮਚਾਰੀਆਂ ਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਝੜਪ ਹੋ ਗਈ। ਦੋਨੇ ਹੱਥੋਂ ਪਾਈ ਵੀ ਹੋਏ, ਗਾਲੀ ਗਲੋਚ ਹੋਇਆ ਤੇ ਦੋਵਾਂ ਦੀਆਂ ਦਸਤਾਰਾਂ ਤੱਕ ਉਤਰ ਗਈਆਂ। ਬੱਸ ਚਾਲਕ ਨੇ ਇਲਜ਼ਾਮ ਲਗਾਇਆ ਕਿ ASI ਨੇ ਗਾਲ ਕੱਢੀ। ਗਾਲ ਕੱਢਣ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਨਾਲ ਝੜਪ ਪਏ। ਨਜ਼ਦੀਕ ਖੜੇ ਲੋਕਾਂ ਨੇ ਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਇਸ ਲੜਾਈ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਬੱਸ ਡਰਾਈਵਰ ਅਤੇ ਕੰਡਕਟਰ ਨੇ ਪੁਲਿਸ ਵਾਲੇ ਤੇ ਗੰਭੀਰ ਇਲਜ਼ਾਮ ਲਗਾਏ ਨੇ। ਗੱਲ ਇੱਥੇ ਹੀ ਬੱਸ ਨਹੀਂ, ਜਦੋਂ ਲੜਾਈਆਂ ਰੋਕਣ ਵਾਲਿਆਂ ਤੇ ਹੀ ਲੜਨ ਦਾ ਇਲਜ਼ਾਮ ਲੱਗੇ ਫਿਰ ਫਰਕ ਤਾਂ ਪੈਂਦਾ ਹੀ ਹੈ। ਪਟਿਆਲਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।